ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਕੋਈ ਅਣਪਛਾਤਾ ਸਥਾਨਕ ਬੱਸ ਸਟੈਂਡ ਵਿੱਚ ਬਣੇ ਧਾਰਮਿਕ ਸਥਾਨ ਉੱਤੇ ਇੱਕ ਨਵਜਾਤ ਬੱਚੇ ਨੂੰ ਛੱਡ ਗਿਆ। ਇਸ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਇੱਕ ਫਲਾਂ ਦੀ ਰੇਹੜੀ ਵਾਲਾ ਆਪਣੀ ਰੇਹੜੀ ਬੱਸ ਅੱਡੇ ਅੰਦਰ ਲਗਾਉਣ ਲਈ ਗਿਆ ਅਤੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ। ਰੇਹੜੀ ਵਾਲੇ ਨੇ ਦੱਸਿਆ ਕਿ ਜਦੋਂ ਉਸਨੇ ਅੰਦਰ ਬਣੇ ਪੀਰ ਦੇ ਅਸਥਾਨ 'ਤੇ ਜਾ ਕੇ ਦੇਖਿਆ ਤਾਂ ਬੱਚਾ ਤੌਲੀਏ ਵਿੱਚ ਲਪੇਟਿਆ ਹੋਇਆ ਸੀ ਅਤੇ ਠੰਡ ਲੱਗਣ ਕਾਰਨ ਰੋ ਰਿਹਾ ਸੀ। ਉਸਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋਂ ਬੱਚੇ ਨੂੰ ਸਿਵਲ ਹਸਪੀਟਲ ਵਿੱਚ ਪਹੁੰਚਾਇਆ ਗਿਆ। SHO ਜੋਗਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਸੁਰੱਖਿਅਤ ਹਸਪੀਟਲ ਦਾਖਲ ਕਰਵਾਇਆ ਗਿਆ ਹੈ ਅਤੇ ਬੱਚਾ ਕਿਸੇ ਅਣਪਛਾਤੇ ਵੱਲੋਂ ਜਨਮ ਉਪਰੰਤ ਇੱਥੇ ਛੱਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਮੇਰੀ ਐਮਰਜੈਂਸੀ ਡਿਊਟੀ ਸੀ, ਰਾਤ 7:45 ਦੇ ਅਰਾਊਂਡ ਸਾਡੇ ਕੋਲ ਥੋੜ੍ਹੇ ਰਾਹਗੀਰ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ। ਬੇਬੀ ਬੋਏ ਸੀ, ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ, ਅਤੇ ਅਸੀਂ ਬੱਚੇ ਨੂੰ ਦੇਖਿਆ। ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬਣਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ। ਪੀਡੀਆਟ੍ਰੀਸ਼ੀਅਨ ਡਾਕਟਰ ਸਿਧਾਂਤ ਕਪਿਲਾ ਔਨ ਕਾਲ ਸੀ, ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ, ਅਸੈਸ ਕੀਤਾ ਅਤੇ ਕਿਹਾ ਕਿ ਬੱਚਾ ਬਿਲਕੁਲ ਹੈਲਦੀ ਹੈ, ਠੀਕ ਹੈ। ਬੱਚੇ ਦੀ ਕਰਾਈ ਨੋਰਮਲ ਸੀ, ਬੱਚਾ ਇਸ ਟਾਈਮ 'ਤੇ ਸਾਡੇ ਕੋਲ ਹੀ ਹੈ, ਹੈਲਦੀ ਹੈ, ਠੀਕ ਹੈ ਬਿਲਕੁਲ। ਕਿੰਨੀ ਕੁ ਏਜ ਹੋ ਸਕਦੀ ਬੱਚੇ ਦੀ ਜੀ? ਮਤਲਬ ਬੱਚਾ ਦੇਖਣ ਤੋਂ ਟਰਮ ਹੀ ਲੱਗ ਰਿਹਾ, ਮਨ ਲੈ ਰਿਹਾ, ਲੰਗ ਵਿੱਚ ਚੋਟ ਲੱਗ ਰਹੀ ਹੈ, ਠੀਕ ਹੈ ਸਰ। ਸਾਡੇ ਡਾਕਟਰਾਂ ਦੀ ਦੇਖ ਰੇਖ ਵਿੱਚ ਹੈ ਬੱਚਾ, ਬਿਲਕੁਲ ਉਹਦੀ ਸਹੀ ਕੇਅਰ ਕੀਤੀ ਜਾ ਰਹੀ ਹੈ। ਬਾਕੀ ਇਸ ਟਾਈਮ ਤੇ ਸਾਡੇ ਹੋਸਪਿਟਲ ਦੇ ਗਾਇਨੀ ਵਾਰਡ ਵਿੱਚ ਬੱਚਾ ਲੇਬਰ ਰੂਮ ਵਿੱਚ ਰੱਖਿਆ ਹੋਇਆ ਹੈ, ਸਾਰੇ ਸਟਾਫ ਡਾਕਟਰਸ ਦੀ ਦੇਖ ਰੇਖ ਵਿੱਚ ਹੈ, ਬੱਚਾ ਬਿਲਕੁਲ ਠੀਕ ਹੈ, ਠੀਕ ਹੈ। ਮਾਮਲਾ ਜੀ, ਕੱਲ੍ਹ ਜੀ ਸਾਨੂੰ ਸ਼ਾਮੀ 1:10 ਤਲਾਹ ਮਿਲੀ ਸੀ ਕਿ ਬੱਸ ਅੱਡੇ ਦੇ ਕੋਲ ਕੋਈ ਨਵਜੰਮਾਂ ਬੱਚਾ ਕਿਸੇ ਔਰਤ ਨੇ ਆਪਣਾ ਗਰਭ ਛਪਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਜੀ, ਜੋ ਅਸੀਂ ਤੁਰੰਤ ਮਹਿਲਾ ਮਕੇਰੀਆਂ ਦੇ ਅਸ਼ਵਨੀ ਕੁਮਾਰ ਨੇ ਜਿਹੜਾ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹੋਸਪਿਟਲ ਦਾਖਲ ਆਇਆ ਬੱਚੇ ਨੂੰ। ਬੱਚਾ ਬਿਲਕੁਲ ਤੰਦਰੁਸਤ ਆ ਅਤੇ ਲੜਕਾ ਵਾ, ਜਿਸ ਸੰਬੰਧੀ ਅਸੀਂ ਉਹ ਨਾਮਲੂਮ ਔਰਤ ਦੇ ਖਿਲਾਫ਼ ਮੁਕੱਦਮਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸ ਔਰਤ ਦੀ CCTV ਕੈਮਰੇ ਦੀ ਫੁਟੇਜ ਰਾਹੀਂ ਭਾਲ ਕਰ ਰਹੇ ਹਾਂ ਅਤੇ ਬੱਚਾ ਬਿਲਕੁਲ ਤੰਦਰੁਸਤ ਆ ਜੀ। ਸਰ ਜੇ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਕਈ ਅਡੋਪਟ ਕਰਨ ਵਾਸਤੇ ਬੱਚੇ ਨੂੰ? ਹਾਂਜੀ, ਇਸ ਸੰਬੰਧੀ ਸਾਡੇ ਕੋਲ ਕਈ ਵਿਅਕਤੀ ਆਏ ਆ ਵੀ ਜਿਹੜਾ ਵੀ ਬੱਚਾ ਸਾਨੂੰ ਦੇ ਦਿਓ, ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਵੀ ਮਾਨਯੋਗ DC ਸਾਹਿਬ ਨਾਲ ਸੰਪਰਕ ਕਰਨ, ਉੱਥੇ ਆਪਣੀਆਂ ਐਪਲੀਕੇਸ਼ਨਾਂ ਦੇਣ ਅਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਚੈਨਲ ਮਾਨਯੋਗ SSP ਸਾਹਿਬ ਨੂੰ ਇੱਥੋਂ ਪੱਤਰ ਲਿਖ ਕੇ ਭੇਜ ਰਹੇ ਹਾਂ ਜੀ ਵੀ ਇਹ ਬੱਚੇ ਸੰਬੰਧੀ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਗਿਆ ਜੀ, ਅਤੇ ਉਹ DC ਸਾਹਿਬ ਨੂੰ ਰਿਕੁਐਸਟ ਕਰਨਗੇ ਵੀ ਜਿਹੜਾ ਲੋੜਵੰਦ ਵਿਅਕਤੀ ਹੈਗਾ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਆ ਅਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁਰਦ ਕਰ ਦੇਣਗੇ, ਜੇ ਨਹੀਂ ਤਾਂ ਕਿਸੇ ਸੰਸਥਾ ਦੇ ਅਧੀਨ ਕਰਨਾ ਹੈ ਤਾਂ ਸੰਸਥਾ ਨੂੰ ਦੇ ਦੇਣਗੇ।